ਬੀਤੇ ਦਿਨੀ ਲਗਾਈ ਖਬਰ ਦਾ ਵੱਡਾ ਅਸਰ ਹੋਇਆ। ਦੱਸ ਦਿੰਦੇ ਹਾਂ ਕਿ ਓਮੈਕਸ ਬੂਥਗੜ੍ਹ ਤੋਂ ਤੋਗਾ ਰੋਡ ਦੇ ਉੱਤੇ ਓਮੈਕਸ ਚੌਂਕ ਪੈਂਦਾ, ਜਿਸ ਚੌਂਕ ਦੇ ਉੱਤੇ ਸੜਕ ਵਾਲਿਆਂ ਵੱਲੋਂ ਇੱਕ ਮਿੱਟੀ ਦਾ ਢੇਰ ਲਗਾ ਦਿੱਤਾ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਮੁਸ਼ਕਲ ਆ ਰਹੀ ਸੀ। ਲੋਕ ਇਹ ਕਹਿ ਰਹੇ ਸੀ ਕਿ ਅਗਰ ਮਿੱਟੀ ਦਾ ਢੇਰ ਨਾ ਹਟਾਇਆ ਗਿਆ ਤਾਂ ਕਈ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਨੇ, ਕਈਆਂ ਦੇ ਐਕਸੀਡੈਂਟ ਹੋ ਸਕਦੇ ਨੇ, ਕਿਉਂਕਿ ਸਵੇਰੇ ਸ਼ਾਮ ਜੋ ਵੀ ਲੋਕ ਉਸ ਰੋਡ ਦੇ ਉੱਤੇ ਜਾ ਰਹੇ ਸੀ, ਕਿਉਂਕਿ ਵਨ ਵੇ ਰੋਡ ਬਣ ਚੁੱਕਾ ਸੀ, ਵਨ ਵੇ ਰੋਡ ਦੇ ਉੱਤੇ ਮਿੱਟੀ ਦਾ ਢੇਰ ਵਿਚਕਾਰ ਰੋਡ ਦੇ ਲਗਾਇਆ ਹੋਇਆ ਸੀ, ਜਿਸ ਤੋਂ ਬਾਅਦ ਕਈ ਲੋਕਾਂ ਦੀਆਂ ਐਕਸੀਡੈਂਟ ਵੀ ਹੋਏ ਨੇ। ਐਕਸੀਡੈਂਟ ਦਾ ਵੱਡਾ ਖਤਰਾ ਵੀ ਸੀ, ਜਿਸ ਤੋਂ ਬਾਅਦ ਸਾਡੇ ਚੈਨਲ ਵੱਲੋਂ ਇਹ ਮੁੱਦਾ ਚੁੱਕਿਆ ਗਿਆ, ਖਬਰ ਵਿਖਾਈ ਗਈ, ਜਿਸ ਤੋਂ ਬਾਅਦ ਚੈਨਲ ਦੀ ਖਬਰ ਦਾ ਵੱਡਾ ਅਸਰ ਹੋਇਆ। ਉਸ ਢੇਰ ਨੂੰ ਹੁਣ ਹਟਾ ਦਿੱਤਾ ਗਿਆ, ਆਰਾਮ ਨਾਲ ਉਸ ਜਗ੍ਹਾ ਉੱਤੇ ਰਾਹਗੀਰ ਨਿਕਲ ਰਹੇ ਨੇ। ਤਾਂ ਇਹ ਸਿਹਰਾ ਸਾਰਾ ਸਾਡੇ ਫੇਸਬੁੱਕ ਚੈਨਲ ਦੇ ਜੋ ਵੇਖ ਰਹੇ ਨੇ ਉਹਨਾਂ ਨੂੰ ਜਾਂਦਾ, ਜਾਂ ਫਿਰ ਸਾਡੀ ਵੀਡੀਓ ਨੂੰ ਵੱਧ ਤੋਂ ਜਿਨ੍ਹਾਂ ਨੇ ਸ਼ੇਅਰ ਕੀਤਾ, ਜੋ ਲੋਕ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਸਿਹਰਾ ਜਾਂਦਾ, ਕਿਉਂਕਿ ਉਹਨਾਂ ਦੀ ਖਬਰ ਵੇਖਣ ਦਾ ਸ਼ੇਅਰ ਕਰਨ ਦਾ ਵੱਡਾ ਅਸਰ ਪ੍ਰਸ਼ਾਸਨ ਦੇ ਅਧਿਕਾਰੀਆਂ ਤੱਕ ਹੋਇਆ। ਉਸ ਮਿੱਟੀ ਦੇ ਢੇਰ ਨੂੰ ਹਟਾਉਣਾ ਪਿਆ, ਕਿਉਂਕਿ ਜਦੋਂ ਲੋਕਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਜਾਂਦੀ ਹੈ, ਸਰਕਾਰ ਤੱਕ ਜਾਂਦੀ ਹੈ, ਤਾਂ ਸਰਕਾਰ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪੈਂਦਾ, ਕਿਉਂਕਿ ਇਸ ਜਗ੍ਹਾ ਉੱਤੇ ਮੁਸ਼ਕਲ ਆ ਰਹੀ ਹੈ, ਇਹ ਕੰਮ ਸਾਨੂੰ ਕਰਨਾ ਪਵੇਗਾ। ਪਰ ਅਸੀਂ ਅਪੀਲ ਕਰਦੇ ਹਾਂ ਜਿੰਨੇ ਦਰਸ਼ਕ ਸਾਡੇ ਵੇਖਣ ਵਾਲੇ ਨੇ, ਤੁਸੀਂ ਪਹਿਲਾਂ ਵੀ ਬਹੁਤ ਖਬਰ ਨੂੰ ਸ਼ੇਅਰ ਕਰਦੇ ਹੋ, ਸਾਡੇ ਨਾਲ ਡਟ ਕੇ ਖੜ੍ਹਦੇ ਹੋ, ਤਾਂ ਹੁਣ ਵੀ ਜਿੰਨੀਆਂ ਵੀ ਖਬਰਾਂ, ਭਾਵੇਂ ਕੋਈ ਵੱਡੀ ਖਬਰ ਹੈ ਛੋਟੀ ਖਬਰ ਹੈ, ਤਾਂ ਉਸਨੂੰ ਵੱਧ ਤੋਂ ਆਪਣੇ ਚੈਨਲ ਦੇ ਉੱਤੇ, ਆਪਣੇ ਫੇਸਬੁੱਕ ਪੇਜ ਦੇ ਉੱਤੇ ਸ਼ੇਅਰ ਕਰਿਆ ਕਰੋ, ਜਿਹਦੇ ਨਾਲ ਕਿ ਉਸ ਚੀਜ਼ ਦਾ ਅਸਰ ਹੁੰਦਾ ਅਤੇ ਉਹ ਜਿੱਤ ਤੁਹਾਡੀ ਹੁੰਦੀ ਹੈ। ਤਾਂ ਇਸੇ ਤਰ੍ਹਾਂ ਇਸ ਖਬਰ ਦਾ ਵੱਡਾ ਅਸਰ ਹੋਇਆ। ਤਾਂ ਕਈ ਲੋਕ ਇਹ ਕਹਿ ਰਹੇ ਸੀ ਕਿ ਛੋਟੀ ਜਿਹੀ ਖਬਰ ਹੈ, ਇੱਕ ਮਿੱਟੀ ਢੇਰ ਵਾਸਤੇ ਦੱਸੋ ਚੈਨਲ ਨੇ ਖਬਰ ਲਗਾ ਦਿੱਤੀ, ਪਰ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਲੋਕਾਂ ਦੀਆਂ ਜਾਨਾਂ ਬਚਾਉਣਾ, ਲੋਕਾਂ ਦੇ ਐਕਸੀਡੈਂਟ ਬਚਾਉਣਾ, ਕਿ ਕਿਸੇ ਦੀ ਜਾਨ ਨਾ ਜਾਵੇ। ਮਸਲਾ ਭਾਵੇਂ ਛੋਟਾ ਵੱਡਾ, ਪਰ ਕਿਸੇ ਦਾ ਕੋਈ ਚੀਜ਼ ਕਾਰਨ ਨਾ ਬਣੇ, ਇਹ ਮਿੱਟੀ ਦਾ ਢੇਰ ਕਾਰਨ ਬਣ ਸਕਦਾ ਸੀ ਲੋਕਾਂ ਦੀ ਜਾਨਾਂ ਦਾ। ਜਿਸ ਤੋਂ ਬਾਅਦ ਕਈ ਲੋਕਾਂ ਨੇ ਸਾਡੇ ਧਿਆਨ ਦੇ ਵਿੱਚ ਇਹ ਮਸਲਾ ਲੈ ਕੇ ਆਏ, ਉਸ ਤੋਂ ਬਾਅਦ ਅਸੀਂ ਆਪਣੇ ਚੈਨਲ ਨਾਲ ਇਹ ਪੂਰੀ ਖਬਰ ਵਿਖਾਈ, ਜਿਸ ਤੋਂ ਬਾਅਦ ਜਾ ਕੇ ਇਹ ਵੱਡਾ ਅਸਰ ਹੋਇਆ, ਲੋਕਾਂ ਦੀ ਜਿੱਤ ਹੋਈ ਹੈ, ਕਿਉਂਕਿ ਲੋਕਾਂ ਨੇ ਵੀਡੀਓ ਸ਼ੇਅਰ ਕੀਤੀ, ਸਰਕਾਰ ਤੱਕ ਪ੍ਰਸ਼ਾਸਨ ਤੱਕ ਇਹ ਖਬਰ ਪਹੁੰਚੀ, ਜਿਸ ਤੋਂ ਬਾਅਦ ਉਸ ਮਿੱਟੀ ਢੇਰ ਨੂੰ, ਹੁਣ ਤੁਸੀਂ ਦੇਖੋ ਕਿ ਨਾਲ ਦੇ ਨਾਲ ਵੀਡੀਓ ਦਿਖਾ ਰਹੇ ਹਾਂ ਕਿ ਉਸ ਮਿੱਟੀ ਢੇਰ ਨੂੰ ਹਟਾ ਦਿੱਤਾ। ਲੋਕ ਉਸ ਰੋਡ ਦੇ ਉੱਤੇ ਹੁਣ ਆਰਾਮ ਨਾਲ ਜਾ ਰਹੇ ਨੇ, ਜੋ ਤੋਗਾ ਤੋਂ ਬੂਥਗੜ੍ਹ ਰੋਡ ਜਾ ਰਿਹਾ, ਮੈਕਸ ਚੌਂਕ ਦੇ ਨਜ਼ਦੀਕ ਬਿਲਕੁਲ ਇਹ ਮਿੱਟੀ ਢੇਰ ਲਗਾਇਆ ਹੋਇਆ ਸੀ, ਹੁਣ ਇਹ ਮਿੱਟੀ ਢੇਰ ਹਟਾ ਦਿੱਤਾ, ਭਾਵੇਂ ਕਿ ਰੋਡ ਦਾ ਕੰਮ ਚੱਲ ਰਿਹਾ। ਜਿੰਨੇ ਵੀ ਰਾਹਗੀਰ ਨੇ ਸਵੇਰੇ ਸ਼ਾਮ ਰਾਤ ਨੂੰ ਦੇਖ ਕੇ ਚੱਲਿਆ ਕਰੋ ਕਿ ਇਸ ਰੋਡ ਦੇ ਉੱਤੇ ਟ੍ਰੈਫਿਕ ਬਹੁਤ ਹੈ, ਦੂਜੇ ਪਾਸੇ ਰੋਡ ਦੇ ਕੰਮ ਚੱਲਣ ਦੇ ਕਾਰਨ ਰੋਡ ਕਾਫੀ ਖਸਤਾ ਹਾਲਤ ਬਣ ਚੁੱਕੀ ਹੈ, ਜਿਸ ਤੋਂ ਬਾਅਦ ਪੁਲ ਦਾ ਕੰਮ ਚੱਲ ਰਿਹਾ, ਤਾਂ ਕਿਤੇ ਜਾਣ ਨਾ ਜਾਵੇ, ਕਿਸੇ ਨੂੰ ਕੋਈ ਮੁਸ਼ਕਲ ਨਾ ਹੋਵੇ, ਤਾਂ ਤੁਹਾਡੀ ਯਾਤਰਾ ਦੀ, ਤੁਹਾਡੇ ਆਉਣ ਜਾਣ ਵਾਲਿਆਂ ਦੀ ਅਸੀਂ ਕਾਮਨਾ ਕਰਦੇ ਹਾਂ ਕਿ ਤੁਸੀਂ ਸਹੀ ਸਲਾਮਤ ਆਪਣੇ ਘਰਾਂ ਪਹੁੰਚੋ, ਕੋਈ ਵੀ ਮਾੜੀ ਖਬਰ ਇਲਾਕੇ ਦੇ ਵਿੱਚੋਂ ਐਕਸੀਡੈਂਟ ਦੀ ਨਾ ਆਵੇ। ਕੋਸ਼ਿਸ਼ ਅਸੀਂ ਵੀ ਕਰਦੇ ਹਾਂ ਕਿ ਜਿੱਥੇ ਵੀ ਸਾਨੂੰ ਕੋਈ ਲੱਗਦਾ ਕਿ ਇੱਥੇ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ, ਇਸ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੀ ਜਾਨ ਨੂੰ ਵੱਡਾ ਖਤਰਾ ਹੋ ਸਕਦਾ, ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਉਸ ਨੂੰ ਆਪਣੇ ਚੈਨਲ ਨਾਲ ਵਿਖਾਉਣ ਦੀ। ਅਗਰ ਤੁਹਾਡੇ ਨਜ਼ਦੀਕ ਵੀ ਕੋਈ ਇੱਦਾਂ ਦੀ ਮੁਸ਼ਕਲ ਆ ਰਹੀ ਹੈ ਜਿਹਦੇ ਨਾਲ ਕਿ ਆਮ ਪਬਲਿਕ ਨੂੰ ਵੱਡਾ ਖਤਰਾ, ਕੋਈ ਵੱਡਾ ਹਾਦਸਾ ਵਾਪਰ ਸਕਦਾ, ਤੁਸੀਂ ਸਾਡੇ ਚੈਨਲ ਨਾਲ ਸੰਪਰਕ ਕਰਿਆ ਕਰੋ। ਸਾਡਾ ਵਟਸਐਪ ਜਿਹੜਾ ਨੰਬਰ ਉੱਪਰ ਬਿਲਕੁਲ ਮੈਂਸ਼ਨ ਕੀਤਾ ਹੋਇਆ, ਉੱਥੇ ਤੁਸੀਂ ਆਪਣੀ ਕੋਈ ਵੀਡੀਓ ਬਣਾ ਕੇ ਉਸ ਜਗ੍ਹਾ 'ਤੇ ਭੇਜ ਸਕਦੇ ਹੋ ਕਿ ਇਹ ਚੀਜ਼ ਇਸ ਜਗ੍ਹਾ ਉੱਤੇ ਗਲਤ ਹੋ ਰਹੀ ਹੈ। ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਉਸ ਜਗ੍ਹਾ 'ਤੇ ਪਹੁੰਚਣ ਦੀ, ਕਿਉਂਕਿ ਅਸੀਂ ਪੰਜਾਬ ਦੇ ਵਿੱਚ ਵੀ, ਹਿਮਾਚਲ ਦੇ ਵਿੱਚ ਅਲੱਗ ਅਲੱਗ ਜਗ੍ਹਾ ਜਾ ਕੇ ਤੁਹਾਡੇ ਤੱਕ ਖਬਰਾਂ ਪਹੁੰਚਾਉਂਦੇ ਹਾਂ। ਇਸ ਖਬਰ ਨੂੰ ਦੇਖ ਕੇ ਸਾਨੂੰ ਵੀ ਹੌਸਲਾ ਮਿਲਦਾ, ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਸੋਚਣ ਲਈ ਮਜਬੂਰ ਹੋਣਾ ਪੈ ਜਾਂਦਾ, ਜਦੋਂ ਲੋਕਾਂ ਦੀ ਆਵਾਜ਼ ਹੁੰਦੀ ਹੈ, ਲੋਕਾਂ ਦੇ ਕੀਤੀ ਹੋਈ ਸ਼ੇਅਰ ਵੀਡੀਓ ਦਾ ਵੱਡਾ ਅਸਰ ਪ੍ਰਸ਼ਾਸਨ ਤੱਕ ਪਹੁੰਚਦਾ। ਤਾਂ ਇਸ ਖਬਰ ਨੂੰ ਬਹੁਤ ਸ਼ੇਅਰ ਕਰਕੇ ਕਮੈਂਟ ਜ਼ਰੂਰ ਕਰ ਦਿਓ, ਸਾਡੇ ਫੇਸਬੁੱਕ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਜਿਹਦੇ ਨਾਲ ਕਿ ਹਰ ਛੋਟੀ ਤੋਂ ਵੱਡੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਧੰਨਵਾਦ।